बिस्मिल्लाहिर्रहमानिर्रहीम अस्सलामुअलैकुम, क्या हाल है वीवर। मैं रिजवान ते आप देख रहे हैं मेरा चैनल पेंडू मुंडा सिक्स सैवन। चैनल में जिन्हें सबसक्राइब नहीं किया फटाफट कर दो सबसक्राइब। अभी आप नवा ब्लॉग शुरू करते पे हैं जी, जा रहे थे चारा कटन, मैं क्या चलो थोड़ा बहुत थोड़ा व्यू पता दिखा देंगे, बादल भी आए हल्के फुल्के। चलो जी वीवर फिर अगे जो हो फिर दिखाने तो लगे रहना जी नाल साढ़े। ਲਓ ਬਾਬਾ ਜੀ, ਅੱਜ ਲੱਗਣਾ ਆ ਝੋਨਾ ਜੀ ਇੱਥੇ, ਅਤੇ ਪਾਣੀ ਦੇ ਨਾਲ ਜਿਹੜੀ ਪੈਲੀ ਹੈਗੀ ਹੈ ਯਾਨੀ ਕਿ ਏਕੜ, ਉਹ ਫੁੱਲ ਭਰਿਆ ਹੋਇਆ ਜੀ, ਦੇਖ ਸਕਦੇ ਹੋ। ਆਹ ਸਾਹਮਣੇ ਪਈ ਹੈ ਜੀ ਪਨੀਰੀ ਝੋਨੇ ਵਾਲੀ, ਕੁਛ ਇਹ ਹੈਗੀ ਹੈ ਅਤੇ ਕੁਛ ਹੋ ਗਈ ਸਾਈਡ 'ਤੇ, ਸ਼ਾਇਦ ਥੋੜ੍ਹੀ ਥੋੜ੍ਹੀ ਨਜ਼ਰ ਆ ਰਹੀ ਹੋਵੇ ਥੋੜ੍ਹਾ ਜਿਹਾ। ਚਲੋ ਵਿਊ ਕਰਕੇ ਦਿਖਾ ਦਿੰਦਾ ਜ਼ੂਮ ਕਰਕੇ ਵੀ, ਇਹ ਆਹ ਜਿਹੜੀ ਨਜ਼ਰ ਆ ਰਹੀ ਹੈ ਹਲਕੀ ਹਲਕੀ। ਲਓ ਜੀ ਵੀਰ, ਸੁਬਹਾ ਸੁਬਹਾ ਦਾ ਟਾਈਮ ਹੈ, ਠੰਡਾ ਠੰਡਾ ਮਾਹੌਲ ਹੈ ਮੇਰਾ, ਹਲਕੇ ਹਲਕੇ ਬਾਦਲ ਵੀ ਆਏ ਹੋਏ ਜੀ, ਅਤੇ ਲੱਗੂ ਜੀ ਪਨੀਰੀ ਜੀ ਝੋਨੇ ਦੀ। ਅਤੇ ਜਦੋਂ ਲੱਗੀ ਤੁਹਾਨੂੰ ਥੋੜ੍ਹਾ ਬਹੁਤਾ ਵਿਊ ਉਹਦਾ ਵੀ ਦਿਖਾਵਾਂਗੇ ਜੀ, ਥੋੜ੍ਹਾ ਜਿਹਾ ਵਿਊ ਇਸ ਸਾਈਡ ਤੋਂ ਕਰ ਲਓ ਅਤੇ ਕੁਛ ਸਾਹਮਣੇ ਉਗਾ ਲਓ। ਅਸੀਂ ਜਾ ਰਹੇ ਸੀ ਚਾਰਾ ਕੱਟਣ ਜੀ, ਅਤੇ ਇਹ ਸਾਡੇ ਬਲੌਗ ਦੇ ਨਾਲ ਲੱਗੇ ਰਹਿਣਾ ਜੀ, ਫਿਰ ਜੋ ਹੋਇਆ ਤੁਹਾਨੂੰ ਦਿਖਾਵਾਂਗੇ ਨਾਲ ਜੀ ਵਧੀਆ ਜਿਹਾ ਕਰਕੇ। ਲਓ ਜੀ ਜਾ ਰਿਹਾ ਟਵਿੱਟਰ ਇੰਜਣ ਚੈੱਕ ਕਰੋ ਜ਼ਰਾ। ਬਾਬਾ ਜੀ ਅਸੀਂ ਪਹੁੰਚ ਗਏ ਹਾਂ ਜੀ ਆਪਣੇ ਰਕਬੇ ਜ਼ਮੀਨ 'ਤੇ, ਤਾਂ ਥੋੜ੍ਹਾ ਜਿਹਾ ਵਿਊ ਕਰ ਲਓ ਜੀ ਨਰਮੇ ਦਾ। ਮੈਂ ਕਿਹਾ ਚਲੋ ਅੱਜ ਦਿਖਾ ਦਿੰਦੇ ਜੀ ਤੁਹਾਨੂੰ, ਉਹ ਸਾਹਮਣੇ ਜੀ ਆਪਣਾ ਚਾਰਾ ਬੜਾ ਬੜਾ ਚਰੀ ਦਾ ਨਜ਼ਰ ਆ ਰਿਹਾ ਜੀ, ਕਟਾਈ ਕਰਨੀ ਹੈ ਜੀ। ਅਤੇ ਆਪਾਂ ਆ ਗਏ ਤਾਂ ਇੱਥੇ ਜੀ, ਤੁਹਾਨੂੰ ਦਿਖਾਉਂਦੇ ਜੀ ਆਪਣਾ ਬੈਲ ਦੇਖ ਰਿਹਾ ਸੀ ਬਿੱਛੂ, ਮੈਂ ਕਿਹਾ ਚਲੋ ਵੀ ਦਿਖਾਉਂਦੇ ਥੋੜ੍ਹਾ ਜਿਹਾ। ਚੁੱਪ ਸਾਹਿਬ ਕੀ ਹਾਲ ਚਾਲ ਹੈ, ਹੈਲੋ ਕਿਆ ਹਾਲ ਨੇ ਆਪਕੇ, ਠੀਕ ਹੋ। ਚਲੋ ਜੀ ਵੀਰ ਅਸੀਂ ਫਿਰ ਚੱਲਦੇ ਹਾਂ, ਨਾਲੇ ਕਟਾਈ ਕਰਦੇ, ਨਾਲੇ ਦਿਖਾਉਂਦੇ ਹਾਂ ਜੀ ਥੋੜ੍ਹਾ ਬਹੁਤਾ, ਬੈਠ ਫਿਰ ਚੋਰੀ ਤੋਂ। ਲਓ ਬਾਬਾ ਜੀ ਅਸੀਂ ਆਏ ਹਾਂ ਜੀ ਜੰਤਰ ਦੀ ਕਟਾਈ ਕਰਨ, ਹੁਣ ਇਹ ਬੱਕਰੀਆਂ ਦਾ ਚਾਰਾ ਆ ਜੀ ਮਾਸ਼ਾਅੱਲਾ। ਅਤੇ ਜਵਾਨ ਖਬਰ ਦੇ ਰਿਹਾ ਕਿ ਪੈਟਰੋਲ ਡੀਜ਼ਲ ਥੋੜ੍ਹਾ ਥੋੜ੍ਹਾ ਘੱਟ ਗਿਆ, ਸੁਬਹਾ ਸੁਬਹਾ ਖਬਰਾਂ ਸੁਣ ਰਿਹਾ ਸੀ, ਅਤੇ ਮੈਂ ਕਿਹਾ ਚਲੋ ਨਾਲੇ ਚਾਰਾ ਕੱਢਦੇ ਹਾਂ, ਨਾਲੇ ਠੰਡੇ ਠੰਡੇ ਮੌਸਮ ਦਾ ਜੀ ਮਜ਼ਾ ਲੈਂਦੇ ਹਾਂ ਜੀ, ਹਵਾ ਚੱਲਦੀ ਪਈ ਠੰਡੀ ਠੰਡੀ ਅਤੇ ਮਜ਼ੇ ਆ ਰਹੇ ਨੇ, ਹਲਕੇ ਹਲਕੇ ਬਾਦਲ ਵੀ ਹੈ ਨੇ ਜੀ। ਇਹਦਾ ਬੱਚਾ ਪਤਾ ਨਹੀਂ ਕੀ ਲਈ ਫਿਰ, ਤਾਂ ਗੇਮ ਖਿਲਾਉਣਾ ਜਾਂ ਖੇਡਣ ਦਿਖਾਈ ਛੋੜੀ, ਇਹ ਤੱਕੜੀ ਬਣਾਈ ਹੋਈ ਆ ਇਹ ਜੀ, ਨਮਾਨ ਦੇ ਹੱਥ ਜਾਂ ਪਤਾ ਨਹੀਂ ਕੀ ਚੀਜ਼, ਨਮਾਨ ਪਕੜੇ ਨੂੰ ਕੀ ਇਹ, ਖੇਲ ਕੇ ਦਿਖਾਈ ਨਾ ਇੱਧਰ ਇੱਧਰ ਦੇਖ ਇੱਧਰ। ਲਓ ਵੀ ਵੀਰ ਮਾਸ਼ਾਅੱਲਾ ਜੀ ਦੁਪਹਿਰ ਦੇ ਟਾਈਮ ਜੀ ਆਪਾਂ ਲੱਗੇ ਜੀ ਖੀਰ ਖਾਣ, ਤਾਂ ਖੀਰ ਬਣਾਈ ਸੀ ਅੱਜ, ਮੈਂ ਕਿਹਾ ਚਲੋ ਖੀਰ ਦਾ ਮਜ਼ਾ ਲੁੱਟਦੇ ਹਾਂ ਜੀ। ਅਤੇ ਲਓ ਜੀ ਵੀਰ ਦੇ ਰੱਖੀ ਹੋਈ ਜੀ ਠੰਡੀ, ਹੁਣ ਪੰਖੇ ਦੇ ਨੀਚੇ ਅਤੇ ਠੰਡੀ ਹੋ ਰਹੀ ਹੈ ਅਤੇ ਇੰਜੋਏ ਕਰਦੇ ਹਾਂ। ਚਲੋ ਜੀ ਵੀਰ ਫਿਰ ਅੱਜ ਦੀ ਵੀਡੀਓ ਨਾਲ ਲੱਗੇ ਰਹਿਣਾ, ਫਿਰ ਜੋ ਹੋਇਆ ਤੁਹਾਨੂੰ ਦਿਖਾਉਂਦੇ ਰਹਾਂਗੇ ਜੀ, ਅਸੀਂ ਚਸਕਦੇ ਹਾਂ। ਲਓ ਜੀ ਵੀਰ ਮਾਸ਼ਾਅੱਲਾ ਬਾਰਿਸ਼ ਹੋ ਰਹੀ ਹੈ, ਦੁਪਹਿਰ ਦਾ ਟਾਈਮ ਤਕਰੀਬਨ ਸਵਾ ਇੱਕ ਡੇਢ ਦਾ ਜੀ, ਬਾਦਲ ਮਾਸ਼ਾਅੱਲਾ ਦੇਖੋ ਜੀ, ਧੁੱਪ ਧੁੱਪ ਵੀ ਨਿਕਲੀ ਹੋਈ ਨਾਲ ਜੀ, ਅਤੇ ਕਿ ਬਾਰਿਸ਼ ਵੀ ਹੋ ਰਹੀ ਆ। ਸੀਨ ਬੜਾ ਬੇਬੀ ਅਤੇ ਮਜ਼ੇਦਾਰ ਜਿਹਾ ਬਣਿਆ ਪਿਆ ਜੀ, ਕਿਆ ਬਾਤ ਹੈ, ਦਿਨ ਦਿਨ ਹੋ ਰਹੀ ਹੈ। ਲਓ ਜੀ ਛੋਟੇ ਕਿਉਂ ਮੈਨੂੰ ਆ ਰਿਹਾ ਸਬਜ਼ੀ ਲੈ ਕੇ।